ਬਣੀਆਂ ਹੈਗੀਆਂ ਵਾ ਵਿੱਚ ਤੋੜੀਆਂ ਬਹੁਤ ਵੱਡੇ ਸੀਗੇ ਯਾਰ ਦੋਸਤ ਦਾ ਦੋਵਾਂ ਜਾਣਿਆਂ ਦਾ ਬਾਕੀ ਗਏ ਸੀਗੇ ਰਾਏਪੁਰ ਵਗੈਰਾ ਵੀ ਗਏ ਪਾਰਟੀ ਵਗੈਰਾ ਵੀ ਅਤੇ ਵੀਡੀਓ ਬਣੀਆਂ ਵਾ ਅਤੇ ਉਹ ਸਮਝ 'ਚ ਨਹੀਂ ਆਉਂਦੀ ਕਿਹੜੇ ਹਿਸਾਬ 'ਚ ਪਾਉਣਾ ਜੇ ਇੱਦਾਂ ਪਾਉਣਾ ਫਿਰ ਵੀ ਕੋਈ ਮੈਥ ਨਹੀਂ ਬਣਦਾ ਮੈਂ ਕਿਹਾ ਚਲੋ ਕੋਈ ਨਹੀਂ ਉਹ ਪਾਵਾਂਗੇ ਥੋੜ੍ਹਾ ਰੁਕ ਕੇ ਪਾਵਾਂਗੇ ਬਟ ਪਾਵਾਂਗੇ ਜ਼ਰੂਰ ਬਹੁਤ ਵੱਡਾ ਵੱਡੇ ਕਾਂਡ ਹੋਏ ਇਹਨਾਂ ਦਿਨਾਂ ਦੇ ਵਿੱਚ ਵਿੱਚ ਬਾਕੀ ਪਤਾ ਨਹੀਂ ਕੀ ਪ੍ਰੋਬਲਮ ਹੈ ਜਦੋਂ ਵਿਹਲਾ ਰਹਿੰਦਾ ਉਦੋਂ ਵੀਡੀਓ ਬਣਾਉਣ ਨੂੰ ਜੀ ਕਰਦਾ ਹੀ ਨਹੀਂ ਜਿੱਦਣ ਕੰਮ ਆ ਉਦੋਂ ਹਲਕਾ ਫੁਲਕਾ ਮਨ 'ਚ ਰਹਿੰਦਾ ਕਿ ਯਾਰ ਵੀਡੀਓ ਬਣਾਈਏ ਅਤੇ ਜਿੱਦਣ ਬਿਲਕੁਲ ਫ੍ਰੀ ਆ ਉਦੋਂ ਮਤਲਬ ਕਿ ਜਮ੍ਹਾਂ ਹੀ ਫੋਨ ਫੜਨ ਨੂੰ ਜੀ ਨਹੀਂ ਕਰਦਾ ਬਾਕੀ ਕੋਈ ਨਹੀਂ ਹੁਣ ਕੰਮ ਚਾਲੂ ਹੋ ਗਿਆ ਫਿਰ ਦੁਬਾਰਾ ਅਤੇ ਹੁਣ ਬੈਕ ਟੂ ਬੈਕ ਸਪਰੇਆਂ ਵੱਜਣੀਆਂ ਨਰਮੇ ਨੂੰ ਹੁਣ ਕੰਮ ਕੋਈ ਖਾਸ ਇੱਦਾਂ ਹੈ ਨਹੀਂ ਸਪਰੇਆਂ ਦਾ ਹੀ ਕੰਮ ਹੈ ਬਾਕੀ ਬੋਤਲਾਂ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਮੈਨੂੰ ਕਰਨਾ ਪੈਣਾ ਬਾਕੀ ਬੰਦੇ ਨੇ ਅੱਜ ਆਉਣਾ ਨਹੀਂ ਅੱਜ ਜਨਮਾਸ਼ਟਮੀ ਆ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਅਤੇ ਉਹਦੇ ਕਰਕੇ ਅੱਜ ਫਿਰ ਬੰਦਾ ਨਾ ਕਰ ਗਿਆ ਮੈਂ ਕਿਹਾ ਚੱਲ ਮੈਂ ਤਾਂ ਰੈਡੀ ਹੋਏ ਮੈਂ ਕਿਹਾ ਆਪਾਂ ਜਾ ਕੇ ਕੰਮ 'ਤੇ ਚਾਲੂ ਕਰੀਏ ਬਾਕੀ ਵੇਖੀ ਜਾਓ ਠੀਕ ਹੈ ਜੀ ਜੁੜੇ ਰਹੋ ਫਿਰ ਵੀਡੀਓ ਨਾਲ ਦਿਖਾਉਂਦੇ ਹਾਂ ਤੁਹਾਨੂੰ ਨਵੀਆਂ ਨਵੀਆਂ ਆਈਟਮਾਂ ਤੁਹਾਨੂੰ ਇੱਕ ਵਿਖਾਉਂਦੇ ਹਾਂ ਜੀ ਆਈਟਮਾਂ ਸ਼ਾਇਦ ਥੋੜ੍ਹਾ ਨਾਲ ਪਹਿਲਾਂ ਇੱਕ ਦਿਨ ਗੱਲ ਕੀਤੀ ਸੀ ਕਿ ਬੀ ਟੀ ਨਰਮਾ ਹੁੰਦਾ ਰੌਂਡਾ ਪਾਲਾ ਹੈ ਨਾ ਅਤੇ ਉਹੀ ਨਿਕਲਦਿਆਂ ਜਾਣਦਿਆਂ ਹੀ ਮੈਂ ਦੂਜੇ ਫਾਰਮ ਦੇ 'ਤੇ ਰਾਹ 'ਚ ਇੱਕ ਹਰਿਆਣੇ ਵਾਲੇ ਨੇ ਲਾਇਆ ਵਾ ਬਾਕੀ ਗੱਲਬਾਤ ਇਹ 'ਚ ਇੱਦਾਂ ਆ ਕਿ ਆਇਆ ਸਾਹਮਣੇ ਨਰਮਾ ਸ਼ਾਇਦ ਤੁਹਾਨੂੰ ਇਕੱਲੀਆਂ ਲੈਣਾ ਲੈਣਾ ਹੀ ਦੀਦੀਆਂ ਹੋਣੀਆਂ ਕਾਰਨ ਇਹੀ ਆ ਕਿ ਇਹ ਆ ਰੌਂਡਾ ਪਾਲਾ ਰੌਂਡਾ ਪਾਲੇ 'ਚ ਕੀ ਆ ਕਿਤੇ ਕਚਰਾ ਦਾ ਤੁਹਾਨੂੰ ਇੱਕ ਦਾਣਾ ਨਹੀਂ ਦੀਦਾ ਹੋਣਾ ਕਿਉਂਕਿ ਇਹ 'ਚ ਚੱਲਦੀ ਖੁੱਲ੍ਹੀ ਰੌਂਡਅਪ ਉਹਦੇ ਕਰਕੇ ਥੋੜ੍ਹਾ ਕੰਮ ਥੋੜ੍ਹਾ ਘੱਟ ਰਹਿੰਦਾ ਲੇਬਰ ਦਾ ਕੰਮ ਘੱਟ ਰਹਿੰਦਾ ਲੇਬਰ ਦੀ ਸ਼ੋਰਟੇਜ ਆ ਨਾ ਥੋੜ੍ਹੀ ਇੱਥੇ ਥੋੜ੍ਹੀ ਨਹੀਂ ਲੇਬਰ ਦੀ ਸ਼ੋਰਟੇਜ ਕਾਫੀ ਆ ਕਾਰਨ ਇਹੋ ਹੀ ਆ ਕਿ ਸਬਜ਼ੀਆਂ ਵਾਲੀਆਂ ਫਾਰਮਾਂ ਨੇ ਲੇਬਰਾਂ ਸਾਰੀਆਂ ਲਈਆਂ ਦੱਬ ਅਤੇ ਉਹਦੇ ਕਰਕੇ ਲੇਬਰ ਛੇਤੀ ਮਿਲਦੀ ਨਹੀਂ ਮਿਲਦੀ ਆ ਨਗਰੇ ਕਰਦੀਆਂ ਵਾ ਇਹਨਾਂ ਦੇ ਲੇਬਰਾਂ ਬੱਝੀਆਂ ਪੱਕੀਆਂ ਬੱਝੀਆਂ ਦੂਜਿਆਂ ਦੀ ਵੱਢ ਕੇ ਰਾਜੀ ਨਹੀਂ ਅਤੇ ਇਸ ਕਰਕੇ ਫਿਰ ਅੱਕ ਚੱਬਿਆ ਇਹਨਾਂ ਨੇ ਵਿਚਾਰਿਆਂ ਨੇ ਥੋੜ੍ਹੀ ਐਵਰੇਜ ਉਹ ਵੀ ਘੱਟ ਆਉਂਦੀ ਆ ਇਹੀ ਸੋਚਦੇ ਆ ਕਿ ਲੇਬਰ ਨਾਲ ਪੰਗੇ ਨਾਲ ਅਸੀਂ ਚੰਗਾ ਕੁਇੰਟਲ ਦੋ ਕੁਇੰਟਲ ਘੱਟ ਜਰ ਲਾਂਗੇ ਅਤੇ ਉਹੀ ਤਾਂ ਕਰਕੇ ਫਿਰ ਇਹਨਾਂ ਨੇ ਰੌਂਡਅਪ ਵਾਲਾ ਅੱਕ ਚੱਬਿਆ ਮਾੜਾ ਨਹੀਂ ਠੀਕ ਆ ਨੋ ਡਾਊਟ ਮਾੜਾ ਨਹੀਂ ਨਰਮਾ ਕੰਮ ਬਹੁਤ ਵਧੀਆ ਬਾਕੀ ਇਹੀ ਆ ਕਿ ਰੌਂਡਅਪ ਖੁੱਲ੍ਹੀ ਚਲਾਓ ਕੋਈ ਟੈਨਸ਼ਨ ਨਹੀਂ ਬਾਕੀ ਆਪਣੇ ਵਾਲੇ ਦਾ ਥੋੜ੍ਹਾ ਪੰਗਾ ਤੁਹਾਨੂੰ ਲੱਗ ਹੀ ਜਾਣਾ ਪਤਾ ਅੱਜ ਕਿੱਦਾਂ ਦਾ ਹਾਲ ਉਹਦਾ ਨਰਮੇ ਦਾ ਅਤੇ ਲੇਬਰ ਆਪਾਂ ਨੂੰ ਵੀ ਨਹੀਂ ਦੇ ਹੀ ਮਿਲਣਾ ਅਤੇ ਬਾਕੀ ਮਾਰਾਂਗੇ ਰੌਂਡਅਪ ਹੌਲੀ 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 ਵੱਜ ਜੂਗੀ ਐਡੀ ਉਹ ਨਹੀਂ ਬਾਕੀ ਜਿੱਦਾਂ ਬੂਟਿਆਂ ਦੇ ਵਿੱਚ ਗੰਦ ਰਹਿ ਜੂਗਾ ਉਹ ਵੀ ਆਪਾਂ ਕਰ ਦਾਂਗੇ ਕਲੀਅਰ ਹਾਂ ਵੇਖੋ ਆ ਸਾਰਾ ਨਰਮਾ ਹੀ ਆ ਨਾਲ ਇਹ ਕਾਫੀ ਲੰਮਾ ਚੌੜਾ ਹੈ ਫਾਰਮ ਸ਼ਾਇਦ ਤੁਹਾਨੂੰ ਨਾ ਹੀ ਦੀਦਾ ਕਿਉਂਕਿ ਰੁੱਖ ਬੜੇ ਆ ਨਾ ਇੱਕ ਅਗਲੇ ਪਾਸੇ ਇੱਕ ਪਲਾਟ ਹੋਰ ਆ ਉਹੀ ਤੁਹਾਨੂੰ ਸ਼ਾਇਦ ਵਿਖਾਉਣਾ ਅਤੇ ਇੱਧਰ ਆਹ ਆਇਆ ਮੁਣਗਾ ਲਾਇਆ ਕਹਿੰਦੇ ਸਮਝਣਾ ਪੰਜਾਬ 'ਚ ਸਮਝਣਾ ਕਹਿੰਦੇ ਆਪਣੇ ਹੈ ਨਾ ਉਹ ਆ ਇਹ ਇਹਦਾ ਕਰਦੇ ਆ ਪਾਊਡਰ ਤਿਆਰ ਸਮਝਣਾ ਦਾ ਪਾਊਡਰ ਤਿਆਰ ਕਰਕੇ ਵੇਚਦੇ ਆ ਅਤੇ ਇੱਕ ਆਪਣਾ ਆਹ ਆ ਵੀਰ ਹਰਿਆਣੇ ਵਾਲਾ ਇਹਨੇ ਵੀ ਸਾਰਾ ਰੌਂਡਅਪ ਹੀ ਲਾਇਆ ਟੋਟਲੀ ਤਾਂ ਪਤਾ ਨਹੀਂ ਦਿਖੇ ਕਿ ਨਾ ਸ਼ਾਇਦ ਸਾਰੇ ਦਾ ਸਾਰਾ ਰੌਂਡਅਪ ਹੀ ਆ ਲੇਬਰ ਦੇ ਪੰਗੇ ਤੋਂ ਉੱਪਰ ਕਰਦੇ ਵਿਚਾਰੇ ਕੀ ਕਰਨਾ ਆਪਾਂ ਨੂੰ ਚਲੋ ਹਲਕਾ ਫੁਲਕਾ ਲੇਬਰ ਵਾਲਾ ਥੋੜ੍ਹਾ ਕੰਮ ਰਹਿੰਦਾ ਲਗਤ ਲੇਬਰ ਮਿਲ ਜਾਂਦੀ ਆ ਵੇਖੋ ਆਹ ਵੀ ਇੱਧਰ ਸਾਰੇ ਰੌਂਡਅਪ ਵਾਲਾ ਟੋਟਲੀ ਲਗਭਗ ਸਾਰੇ ਰੌਂਡਅਪ ਵਾਲਾ ਡੈ ਪੇ ਲਾਉਣ ਬਹੁਤ ਘੱਟ ਆ ਵੇਖੋ ਆਹ ਅੱਜ ਪਿੱਛੇ ਵੀ ਐਨ ਆਰ ਸੀਟਸ ਪੰਜਾਬ 'ਚ ਬਹੁਤ ਜਾਂਦਾ ਇਹਦਾ ਬੀ ਪੰਜਾਬ 'ਚ ਤਾਂ ਬੀ ਨਹੀਂ ਜਾਂਦਾ ਪੰਜਾਬ 'ਚ ਤਾਂ ਸ਼ਾਇਦ ਬੂਟੇ ਵੀ ਜਾਂਦੇ ਆ ਬੂਟੇ ਕਾਹਦੇ ਅਮਰੂਦਾਂ ਦੇ ਅਮਰੂਦਾਂ ਦਾ ਹੀ ਜ਼ਿਆਦਾ ਇਹਦਾ ਮਸ਼ਹੂਰ ਹੈ ਵੀ ਐਨ ਆਰ ਦਾ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਵਿਖਾਉਂਦੇ ਕੁਛ ਹੋਰ ਨਵੀਂ ਐਟਮ ਹਾਂ ਏਰੀਆ ਕਰੀ ਪੂਰਾ ਡੁੱਬ ਗਿਆ ਪਾਣੀ 'ਚ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਕਿ ਮੀਂਹ ਪਿੱਛੇ ਪਏ ਵਾ ਭਾਰੇ ਆ ਵੀ ਆ ਸਾਰਾ ਜਿੰਨਾ ਵੀ ਹੈਗਾ ਇੱਧਰੋਂ ਕਿਉਂਕਿ ਕਾਰਨ ਇੱਧਰੋਂ ਆਉਂਦਾ ਪਾਣੀ ਉਹ ਨਾਲਾ ਪਿਛਲੇ ਪਾਸੇ ਅਤੇ ਨਾਲਾ ਜੁੜਿਆ ਵਾ ਸ਼ਿਵਨਾਥ ਨਦੀ ਦੇ ਨਾਲ
ਹਾਵੀ ਏਰੀਆ ਕਰੀ ਪੂਰਾ ਡੁੱਬ ਗਿਆ ਤੇ ਕੀ ਬਣਿਆ ਸੀਗਾ ਥੋੜੇ ਦਿਨ ਪਹਿਲਾਂ ਮੀਂਹ ਪੈ ਗਿਆ ਥੋੜੇ ਭਾਰੇ ਤੇ ਮੀਂਹ ਭਾਰੇ ਪੈਣ ਕਰਕੇ ਐ ਹੋਇਆ ਕਿ ਨਦੀ ਜ਼ਿਆਦਾ ਚੜ੍ਹ ਗਈ ਸੀ ਨਦੀ ਜ਼ਿਆਦਾ ਚੜ੍ਹਨ ਕਰਕੇ ਜਿੰਨਾ ਪਾਣੀ ਸਾਰਾ ਆ ਗਿਆ ਉੱਪਰ ਆਹ ਵੇਖੋ ਆ ਸਾਰਾ ਝੋਨਾ ਰੰਗ ਖਾਕੀ ਜਿਹਾ ਹੋ ਗਿਆ ਤੇ ਇਸੇ ਕਰਕੇ ਆਹ ਵੀ ਏਰੀਆ ਹੀ ਹੈ ਟੋਟਲ ਅਲੱਗ ਅਲੱਗ ਜਿੰਨਾ ਵੀ ਆ ਮਤਲਬ ਕਿ ਅੱਧਾ ਕਿਲੋਮੀਟਰ ਦੇ ਏੜੇ ਗੇੜੇ ਸਾਰਾ ਡੋਬਤਾ ਜੀ ਕਰੀ ਇਹਨੇ ਤੇ ਪਰ ਇੱਕ ਇੱਥੇ ਇਹ ਚੀਜ਼ ਖਾਸੀਅਤ ਹੈ ਜਿੱਦਾਂ ਆਪਣੇ ਪੰਜਾਬ ਮੀਂਹ ਪੈ ਜਾਂਦੇ ਆ ਪੰਜਾਬ ਮੀਂਹ ਥੋੜ੍ਹੇ ਭਾਰੇ ਪਾਏ ਜਾਣ ਅਤੇ ਉਹ ਪਾਣੀ ਦਸਾਂ ਦਿਨਾਂ ਤੱਕ ਕਈ ਬੰਨੇ ਜਾਂਦਾ ਨਹੀਂ ਦਸ ਪੰਦਰਾਂ ਦਿਨਾਂ ਤੱਕ ਇੱਥੇ ਇਹ ਹੈ ਜਿੱਦਣ ਪਾਣੀ ਚੜ੍ਹਿਆ ਅਗਲੇ ਦਿਨ ਨਹੀਂ ਤੇ ਉਸ ਤੋਂ ਅਗਲੇ ਦਿਨ ਪਾਣੀ ਡਾਊਨ ਆ ਮੈਂ ਕੱਲ੍ਹ ਆਇਆ ਸੀਗਾ ਅਤੇ ਕੱਲ੍ਹ ਵੀ ਪਾਣੀ ਤੈਨੂੰ ਵਿਖਾਉਂਦਾ ਮੈਂ ਕੱਲ ਵੀ ਪਾਣੀ ਥੋੜਾ ਉੱਤੇ ਸੀਗਾ ਤੇ ਅੱਜ ਕਾਫੀ ਡਾਊਨ ਚਲ ਗਿਆ ਇਧਰਲੇ ਪਾਸੇ ਸ਼ਾਇਦ ਤੁਹਾਨੂੰ ਦਿਖਦਾ ਹੋਵੇ ਲਾਈਟਿੰਗ ਵੀ ਥੋੜ੍ਹੀ ਪ੍ਰੋਬਲਮ ਆ ਪਾਣੀਆਂ ਵੇਖ ਸ਼ਾਇਦ ਲਿਫਾਫੇ ਦਿਖਦੇ ਹੋਣੇ ਉੱਪਰਲੇ ਪਾਸੇ ਲਿਫਾਫੇ ਜ਼ਿਆਦਾ ਤੁਹਾਨੂੰ ਪਾਣੀ ਚੜ੍ਹਿਆ ਲਿਫਾਫੇ ਤਾਂ ਟੰਗੇ ਰਹਿ ਗਏ ਅਤੇ ਹੁਣ ਫਰਕ ਆ ਵਾਵਾ ਡਾਊਨ ਹੋ ਗਈ ਆ ਨਦੀ ਅਤੇ ਉਹਦੇ ਕਰਕੇ ਇਹਨੇ ਲਾਗੇ ਲਾਗੇ ਵਾਲਾ ਜਿੰਨਾ ਝੋਨਾ ਸਾਰਾ ਹੀ ਡੋਬਤਾ ਅਤੇ ਇੱਧਰੋਂ ਸ਼ਾਇਦ ਹਾਂ ਇੱਧਰੋਂ ਦੀਦਾ ਪਾਣੀ ਕਿੱਥੋਂ ਤੱਕ ਗਿਆ ਸੀਗਾ ਪਾਣੀ ਆ ਅੰਬਾਂ ਦੇ ਬੂਟਿਆਂ ਥਾਣੀ ਹੋ ਕੇ ਅਗਲੇ ਪਾਸੇ ਇੱਥੇ ਨਾਲ ਆਹ ਨਾਲ ਨਾਲਾ ਆਹੀ ਜਾਂਦਾ ਉੱਧਰਲੇ ਪਾਸੇ ਅਤੇ ਇੱਥੋਂ ਜਿੱਦਾਂ ਜਾ ਵੜਿਆ ਨਾਲ ਨਾਲ ਦੇ ਜਿੰਨੇ ਸਾਰੇ ਝੋਨੇ ਡੋਬੇ ਇੱਧਰ ਨਹੀਂ ਪਾਣੀ ਚੜ੍ਹਦਾ ਇੱਧਰਲੇ ਪਾਸੇ ਚੜ੍ਹਦਾ ਦੂਜੇ ਪਾਸੇ ਜਿੱਧਰੋਂ ਆਪਾਂ ਆਏ ਹਾਂ ਇੱਧਰ ਨੂੰ ਆਪਾਂ ਜਾਣਾ ਇੱਧਰ ਪਾਣੀ ਨਹੀਂ ਗਾ ਚੜ੍ਹਦਾ ਥਾਂ ਨੂੰ ਇੱਧਰ ਬਚਾਅ ਆ ਆ ਕੇ ਇੱਧਰ ਝੋਨਿਆਂ ਨੂੰ ਕੋਈ ਟੈਨਸ਼ਨ ਹੀ ਨਹੀਂ ਜਾਂ ਇੱਧਰ ਆ ਨਾ ਪਾਸਾ ਥੋੜ੍ਹਾ ਉੱਚਾ ਪੈ ਜਾਂਦਾ ਉਹਦੇ ਕਰਕੇ ਉਹ ਪਰਲਾ ਪਾਸਾ ਨਵਾਂ ਆ ਉਹਦੇ ਕਰਕੇ ਉੱਧਰ ਪਾਣੀ ਪਰਲੇ ਪਾਸੇ ਛੇਤੀ ਚੜ੍ਹ ਜਾਂਦਾ ਅਤੇ ਫਿਰ ਇੱਧਰ ਨੂੰ ਵਹਾਅ ਰਹਿੰਦਾ ਹੀ ਨਹੀਂ ਪਾਣੀ ਸਾਰੇ ਦਾ ਸਾਰਾ ਹੀ ਉੱਧਰ ਝੋਨੇ ਇੱਧਰ ਇੱਕ ਨੰਬਰ ਆ ਗਿਆ ਤਾਂ ਇਹੋ ਹੀ ਹੈ ਕਿ ਉਰਲੇ ਪਾਸੇ ਪਾਣੀ ਨਹੀਂ ਗਾ ਚੜ੍ਹਦਾ ਪਰਲਾ ਪਿੰਡ ਪਿੰਡ ਨਹੀਂ ਗਾ ਉਹ ਅੱਧੇ ਪਿੰਡ ਦੀ ਜਿਵੇਂ ਵਿਚਾਰੇ ਜੀ ਡੁੱਬ ਜਾਂਦੀ ਬਾਕੀ ਇਹ ਇੱਥੇ ਆ ਕਿ ਅਗਲੇ ਹੀ ਦਿਨ ਨਾ ਪਾਣੀ ਡਾਊਨ ਚੱਲ ਜਾਂਦਾ ਮਤਲਬ ਕਿ ਚੱਲ ਠੀਕ ਹੈ ਰਾਤ ਨੂੰ ਝੋਨੇ 'ਚ ਪਾਣੀ ਖਲੋਤਾ ਰਹਿ ਗਿਆ ਇੰਨੇ 'ਚ ਹੀ ਉਹ ਝੋਨ ਮਾਰ ਕਰ ਦਿੰਦਾ ਪਰ ਫਿਰ ਵੀ ਬਚ ਜਾਂਦਾ ਹਲਕਾ ਫੁਲਕਾ ਇਹ ਕਹੀਏ ਬਿਲਕੁਲ ਜਿੱਦਾਂ ਪੰਜਾਬ ਐਰ ਕੇ ਆਪਣੇ ਪਾਣੀ ਆਏ ਅਤੇ ਪੂਰੇ ਦਾ ਪੂਰਾ ਡੁੱਬ ਗਿਆ ਅਤੇ ਪਾਣੀ ਖਲੋਤੇ ਰਹਿਣ ਕਰਕੇ ਪੂਰੇ ਦਾ ਪੂਰੇ ਝੋਨਾ ਗਲ ਗਿਆ ਇਹਦੇ ਝੋਨਾ ਗਲਦਾ ਨਹੀਂ ਬਚ ਜਾਂਦਾ ਪਰ ਥੋੜ੍ਹੀ ਮਤਲਬ ਕਿ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਝੋਨੇ ਦੀ ਅਤੇ ਆਹ ਏਰੀਆ ਇੱਥੇ ਦੋਵੇਂ ਝੋਨੇ ਲੱਗਦੇ ਆ ਇੱਥੇ ਵੀ ਆਹ ਏਰੀਏ 'ਚ ਗਰਮੀ ਵਾਲਾ ਵੀ ਅਤੇ ਬਰਸਾਤਾਂ ਵਾਲਾ ਵੀ ਜਿੱਦਾਂ ਹੁਣ ਲੱਗਾ ਵਾ ਇਹ ਵੀ ਲੱਗਣਾ ਅਤੇ ਇਹ ਤੋਂ ਬਾਅਦ ਫਿਰ ਝੋਨਾ ਝੋਨਾ ਹੋਣਾ ਦੂਜਾ ਆਪਣਾ ਨਵੇੜ ਕੇ ਕੱਢ ਕੇ ਵਾਹ ਕੇ ਫਿਰ ਤੁਰੇ ਫਿਰ ਝੋਨਾ ਆ ਗਿਆ ਪੈਸਾ ਹਾਂਜੀ ਲਓ ਜੀ ਪਹੁੰਚ ਗਏ ਜੀ ਕੋਦੋ ਹੋਏ ਹੋਏ ਗਰਮੀ ਨਾ ਹੈਗੀ ਹੈ ਥੋੜ੍ਹੀ ਬਟ ਹੈਗੀ ਗਰਮੀ ਸਮਾਨ ਕੱਢੀਏ ਬਾਹਰ ਸਮਾਨ ਸੁੱਕਣਾ ਸਾਰਾ ਆਪਾਂ ਨਾਲ ਲੈ ਕੇ ਆਈਦਾ ਡਰੰਮ ਤੱਕ ਨਹੀਂ ਡਰੰਮ ਨਹੀਂ ਲਿਆਉਂਦਾ ਡਰੰਮ ਇੱਥੇ ਪਿਆ ਰਹੇ ਡਰੰਮ ਉੱਥੋਂ ਲੈ ਕੇ ਰੱਖ ਕੇ ਫਿਰ ਇਹਦੇ ਜੱਕ ਖਰਾਬ ਹੋ ਗਏ ਚੇਂਜ ਕਰਨੇ ਪੈਣੇ ਹੈ ਨਾ ਇੱਦਾਂ ਤਾਂ ਔਖਾ ਚਲੋ ਠੀਕ ਹੈ ਮਿਲਦੇ ਹਾਂ ਜੀ ਕੱਢ ਲਈਏ ਸਮਾਨ ਉਹਨੂੰ ਲੈ ਕੇ ਜਾਣਾ ਆਪਾਂ ਉਹ ਸਾਹਮਣੇ ਮੋਟਰ ਸ਼ਾਇਦ ਤੁਹਾਨੂੰ ਦੇ ਦੀ ਹੋਵੇ ਆਓ ਸਾਹਮਣੇ ਆ ਖੰਭ ਨਾਲ ਹੀ ਮੋਟਰ ਉੱਥੇ ਖੜਨਾ ਸਾਰਾ ਚੁੱਕ ਕੇ ਮਿਲਦੇ ਹਾਂ ਪਹੁੰਚ ਕੇ ਗਰਮੀ ਗਰਮੀ ਨੇ ਕਿਹਾ ਮੰਦਾ ਹਾਲ ਕਰਤਾ ਅਤੇ ਬਾਕੀ ਕੰਮ ਜਾਰੀ ਆ ਡਰੈਸ ਚੇਂਜ ਹੋ ਗਈ ਮਾਤਾ ਗੜ੍ਹ ਦੀ ਗਾਲਾਂ ਟੀ ਸ਼ਰਟ ਹੀ ਚਿੱਟੀ ਅਤੇ ਤੁਰਨ ਲੱਗਿਆ ਕਹਿੰਦੀ ਟੀ ਸ਼ਰਟ ਦੂਜੀ ਲੈ ਕੇ ਜਾ ਆਉਣ ਆਪਾਂ ਹੀ ਮੰਦਾ ਹਾਲ ਕਰ ਦੇਂਗੇ ਇਹਦਾ ਕਿਉਂਕਿ ਵਾਰ ਵਾਰ ਪੰਪ ਲਾਉਣਾ ਪਾਉਣਾ ਅਤੇ ਉਹ ਨਾ ਸਵੱਜ ਜਾਂਦਾ ਉਹ ਥੋੜ੍ਹੀ ਨਾ ਮੈਟੀ ਟਾਈਪ ਆ ਉਹਦੇ ਕਰਕੇ ਮੈਲ 'ਚ ਵੜ ਜਾਂਦੀ ਉਹਦੇ 'ਚ ਅਤੇ ਕੰਮ ਚੱਲੀ ਜਾਂਦਾ ਵੀ ਸਹੀ ਹੋਇਆ ਪਿਆ ਠੀਕ ਆ ਲਗਭਗ ਗਰਮੀ ਨਹੀਂ ਗੀ ਇੰਨੀ ਗਰਮੀ ਮਤਲਬ ਕਿ ਕੰਮ ਕਰਦੇ ਹਾਂ ਰੈਗੂਲਰ ਤਾਂ ਗਰਮੀ ਤਾਂ ਚਲੋ ਲੱਗਣੀ ਆ ਹੈ ਨਾ ਪਸੀਨਾ ਪਸੂਨਾ ਤਾਂ ਆਉਣਾ ਹੀ ਆ ਅਤੇ ਬਾਕੀ ਉਹਦਾ ਧੁੱਪ ਨਹੀਂ ਗੀ ਹੈਗੀ ਹਵਾ ਚੱਲਣ ਡਈ ਆ ਵਧੀਆ ਮੌਸਮ ਕੰਮ ਚੱਲੀ ਜਾਂਦਾ ਅਤੇ ਦਵਾਈ ਭਰਦੇ ਹਾਂ ਪੰਪ ਚੱਲਦੇ ਹਾਂ ਲੈ ਕੇ ਅਗਲਾ ਫਿਰ ਓਹੋ ਰੱਬ ਵੀ ਵੈਰੀ ਬਣਿਆ ਖੜ ਜਾ ਦਸ ਮਿੰਟ ਲਾ ਲੈਂਦੇ ਦੋ ਪੰਪ ਕੰਮ ਨਿਬੜ ਗਿਆ ਸੀ ਲਗਭਗ ਕੰਮ ਰਹਿ ਗਿਆ ਸੀਗਾ ਸਾਰਾ ਆੜ ਇੱਕ ਮਹਾਂ ਹੋਣਾ ਵੀ ਨਹੀਂ ਆਦਾ ਵਾ ਅੱਧਾ ਕੁ ਕਿੱਲਾ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਬਸ ਬਸ ਦੇ ਇੰਨਾ ਕੁ ਟਾਈਮ ਮੈਂ ਕੱਢ ਲੈਣਾ ਉਦੋਂ ਤੱਕ
ਇਹ ਬਦਲੀ ਜੀ ਹੀ ਜ਼ਿਆਦੀ ਮਟੀ ਨਹੀਂ ਅੱਗੇ ਸਾਫ਼ ਹੈ ਮੌਸਮ। ਚਲੋ ਜੁੱਤੀਆ ਕੰਮ ਨੂੰ ਫਿਰ ਵੇਖਦੇ ਹਾਂ। ਹਾਂਜੀ ਦਿਨ ਆ ਗਿਆ ਜੀ ਅਗਲਾ ਅਤੇ ਮੌਸਮ ਅੱਜ ਗੰਦਾ ਸੀ। ਸਪਰੇਅ ਅੱਜ ਕੀਤੀ ਨਾ, ਸਪਰੇਅ ਅੱਜ ਤਾਂ ਨਹੀਂ ਕੀਤੀ ਕਿਉਂਕਿ ਇੱਥੇ ਤਾਂ ਚੱਲ ਮੌਸਮ ਅਜੇ ਸਹੀ ਆ, ਮੀਂਹ ਆ ਰਿਹਾ, ਮੀਂਹ ਇੱਦਾਂ ਨਹੀਂ ਆ ਰਿਹਾ ਕਿ ਰੈਗੂਲਰ, ਜਿੱਦਾਂ 10 ਮਿੰਟ ਆਇਆ 5 ਮਿੰਟ ਫਿਰ ਡਿਲੇ, ਫਿਰ 10 ਮਿੰਟ ਫਿਰ 5 ਮਿੰਟ ਛੁੱਟੀ, ਫਿਰ ਇਸ 'ਚ ਸਪਰੇਅ ਮਾਰਨ ਨੂੰ ਜੀ ਨਹੀਂ ਕਰਦਾ ਫਿਰ, ਕਿਉਂਕਿ ਕਾਰਨ ਉਹੀ ਆ ਸਪਰੇਅ ਮਾਰੀ ਫਿਰ ਬਹਿ ਗਏ, ਫਿਰ ਮਾਰੀ ਫਿਰ ਬਹਿ ਗਏ, ਨਾਲੇ ਦਵਾਈ ਖਰਾਬ ਹੋਣ ਦੇ ਵੀ ਚਾਂਸ। ਸੋ ਇਸ ਕਰਕੇ ਆਪਾਂ ਬਣਾਇਆ ਜੀ ਪਲੈਨ ਭਲੇ ਜਾਣ ਦਾ, ਵੇਖਦੇ ਹਾਂ ਜੇ ਕੋਈ ਕੰਮ ਕਾਰ ਉੱਥੇ ਕੰਮ ਕਰਕੇ ਲਓ ਤਾਂ ਕੋਈ ਨਹੀਂ ਆ, ਪਲੈਨ ਸੀਗੇ ਫਿਲਮ ਵੇਖਣ ਦਾ। ਮੈਨੇ ਆ ਫਿਲਮ ਕਿਹੜੀ ਲੱਗੀ, ਲਾਲ ਸਿੰਘ ਚੱਡਾ ਸ਼ਾਇਦ ਜੇ ਲੱਗੀ ਆ, ਫਿਰ ਵੀ ਲਾਲ ਸਿੰਘ ਚੱਡਾ ਵੇਖਣ ਦਾ ਪਲੈਨ ਆ। ਬਾਕੀ ਹੋਰ ਤਾਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਖਾਸ ਕੰਮ ਆਪਾਂ ਨੂੰ ਹੈਗਾ, ਜੇ ਕੋਈ ਖਾਸ ਕੰਮ ਹੋਇਆ ਤਾਂ ਜ਼ਰੂਰ ਦੱਸਾਂਗੇ ਤੁਹਾਨੂੰ, ਦੇਵਾਂਗੇ ਇਨਫੋਰਮੇਸ਼ਨ। ਬਾਕੀ ਜੁੜੇ ਰਹੋ ਵਲੌਗ ਦੇ ਨਾਲ, ਸਪਰੇਅ ਤੁਹਾਨੂੰ ਕੱਲ੍ਹ ਹੀ ਜਾਵਾਂਗੇ। ਉਹ ਬੰਦਾ ਵੀ ਐਡਾ ਦੱਸਿਆ ਨਾ, ਹੁਣ ਮੈਂ ਨਹੀਂ ਗਿਆ, ਹੁਣ ਉਹਨੂੰ ਮੈਂ ਦੱਸਿਆ ਨਹੀਂ ਕਿ ਮੈਂ ਆਇਆ ਜਾਂ ਨਹੀਂ ਆਇਆ, ਪਰ ਮਾਂ ਦੇ ਪੁੱਤ ਨੇ ਇੱਕ ਵਾਰੀ ਨਹੀਂ ਮੈਨੂੰ ਫੋਨ ਲਾ ਕੇ ਪੁੱਛਿਆ ਕਿ ਕਿਵੇਂ ਆਉਣਾ ਜਾਂ ਨਹੀਂ ਆਉਣਾ। ਬੰਦੇ ਦਾ ਹੱਕ ਤਾਂ ਬਣਦਾ ਨਾ ਇੱਕ ਵਾਰੀ ਪੁੱਛਣ ਦਾ ਕਿ ਹਾਂ ਵੀ ਮੈਂ ਆਵਾਂ ਜਾਂ ਨਾ ਆਵਾਂ, ਪਸੰਦ ਨੇ ਆਪਣੇ ਆਪ ਹੀ ਮਾਰ ਲਈ ਛੁੱਟੀ। ਚਲੋ ਜਾਂਦੇ ਹਾਂ ਆਰਿਫ ਦੇ ਕੋਲ, ਪੁੱਛਦੇ ਹਾਂ ਕਿ ਕਿਵੇਂ ਕਰਨੀ ਫਿਲਮ ਵੇਖਣੀ ਜਾਂ ਕਿਤੇ ਹੋਰ ਜਾਣਾ। ਸੋ ਫਾਈਨਲੀ ਆਰਿਫ ਆ ਗਿਆ, ਅਤੇ ਭਾਈ ਕਹਾਂ ਚੱਲਣਾ ਫਿਰ? ਰਾਏਪੁਰ ਹੈ, ਰਾਏਪੁਰ ਰਾਏਪੁਰ ਮੂਵੀ ਦਾ ਪਲੈਨ ਮੇਰੇ ਕੋਲ ਲੱਗ ਨਹੀਂ ਰਿਹਾ ਹੋਊਗਾ, ਨਹੀਂ ਹੋ ਪਾਏਗਾ। ਹੈਂ, ਟਾਈਮ ਕੀ ਸ਼ੋਰਟੇਜ ਹੈ ਨਾ ਬਹੁਤ ਜ਼ਿਆਦਾ, 12:22 ਆਲਰੇਡੀ ਹੋ ਚੁੱਕਾ, 12:22 ਸੌਰ ਵੀ ਸਹੀ ਹੈ, ਨਹੀਂ ਜਾ ਸਕਦੇ ਨਹੀਂ ਜਾਤੇ ਹੈ, ਮਤਲਬ ਮੂਵੀ ਕਾ ਸੀਨ ਮੁਸ਼ਕਿਲ ਹੈ ਕਿਉਂਕਿ ਕਮ ਸੇ ਕਮ ਵੀ ਉਸਕੇ ਲਈ 4 ਘੰਟੇ ਚਾਹੀਏ ਨਾ, 3 ਘੰਟੇ ਤੋਂ ਮੂਵੀ ਕੇ ਲਈ ਚਾਹੀਏ, 1-1.5 ਘੰਟਾ ਅਗਰ ਹਮ ਮੂਵੀ ਜਾਏਂਗੇ ਆਨੇ ਕੇ ਲਈ, ਆਨੇ ਜਾਣੇ ਕੇ ਫਿਰ 6-7 ਵਜਣਾ, ਘਰ ਵਾਲੇ ਬੱਤੀ ਦੇਣਗੇ ਭਾਈ, ਸੀਧੀ ਬਾਤ ਹੈ ਇਸ ਲਈ। ਹਾਂ ਇੱਕ ਚੀਜ਼ ਔਰ, ਲੋਕ ਬੋਲਤੇ ਹੈ ਘੁੰਮਣਾ ਹੈ ਤਾਂ ਕਮ ਸੇ ਕਮ ਵੀ 5-6 ਜਣੇ ਚਾਹੀਏ ਨਾ, ਕਿ ਘੁੰਮਣੇ ਕਾ ਮਜ਼ਾ ਨਹੀਂ ਆਤਾ ਭਾਈ, ਅਗਰ ਕਿਸੇ ਕੋ ਘੁੰਮਣਾ ਹੈ ਨਾ 2 ਬੰਦੇ ਕਾਫੀ ਹੈ ਕਿ ਨਹੀਂ, ਹੈਂ ਘੁੰਮਣੇ ਕੋ ਪੂਰੀ ਦੁਨੀਆ ਘੁੰਮ ਸਕਤੇ 2 ਬੰਦੇ, ਅਗਰ ਇਸ ਕੋ ਨਹੀਂ ਘੁੰਮਣਾ 6 ਬੰਦੇ ਹੈ ਤਾਂ ਉਹ ਵੀ। ਚਲੋ ਮਿਲਤੇ ਹੈ ਜਾ ਕੇ ਰਾਏਪੁਰ ਜੀ, ਰਾਏਪੁਰੋਂ ਆ ਗਏ ਸੀ ਅਤੇ ਕੋਈ ਖਾਸ ਕੰਮ ਹੋਇਆ ਨਹੀਂ ਉੱਥੇ, ਕੁਝ ਨਹੀਂ, ਆਰਿਫ ਨੂੰ ਕੰਮ ਹੀ ਗਿਆ 1-2 ਨਬੇੜੇ, ਅਤੇ ਫੋਨ ਸੀਗਾ ਇੱਕ ਥਾਂ, ਇੱਕ ਫੋਨ ਦੇਣਾ ਸੀਗਾ ਉਹਨੇ ਅਤੇ ਇੱਕ ਫੋਨ ਲੈ ਕੇ ਆਉਣਾ ਸੀਗਾ ਹੈ ਨਾ, ਅਤੇ ਕੁਝ ਉਹਦੇ ਸਮਾਨ ਸੀਗਾ ਸੈਕਸਰੀ ਵਗੈਰਾ ਉਹ ਚੱਕੀ, ਅਤੇ ਫਿਰ ਪੇਟ ਪੂਜਾ ਕੀਤੀ, ਅਤੇ ਪੇਟ ਪੂਜਾ ਕਰਕੇ ਫਿਰ ਸਿੱਧਾ ਕਰੇ ਕੰਮ ਕਰ, ਕੋਈ ਏਡਾ ਖਾਸ ਸੀਗਾ ਨਹੀਂ, ਅਤੇ ਘੁੰਮਣ ਦਾ ਤਾਂ ਕੋਈ ਖਾਸ ਏਡਾ ਪਲੈਨ ਨਹੀਂ, ਜੇ ਘੁੰਮ ਵੀ ਲੈਂਦੇ ਫਿਰ ਸਗੋਂ ਜ਼ਿਆਦਾ ਟਾਈਮ ਲੱਗਣਾ, ਜੇ ਘੁੰਮੇ ਫਿਰੇ ਨਹੀਂ ਆ ਅਤੇ ਫਿਰ ਵੀ ਸ਼ਾਮਾਂ ਦੇ 5:30-6 ਹੋ ਗਏ ਆ, ਅਤੇ ਜੇ ਕਿਤੇ ਮੂਵੀ ਮਾਵੀ ਵਾਲਾ ਪਲੈਨ ਬਣ ਜਾਂਦਾ ਰਾਤ ਵਾਲੇ 8-9 ਵਜਣੇ ਆਰਾਮ ਨਾਲ। ਸੋ ਇਸ ਕਰਕੇ ਆਪਾਂ ਕੱਖ ਨਹੀਂ ਕੀਤਾ, ਹਲਕਾ ਫੁਲਕਾ ਜੋ ਵੀ ਕੰਮ ਕਰ ਰਹੀਗਾ ਨਿੱਕਾ ਮੋਟਾ ਵੀ ਨਹੀਂ ਵੇੜਿਆ। ਚਲੋ ਠੀਕ ਹੈ ਜੀ, ਕਰਦੇ ਹਾਂ ਅਤੇ ਵੀਡੀਓ ਦਾ ਐਂਡ, ਅਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਅਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਕੀ ਮਾਤਾ ਚਿੜੀ ਨੇ ਕਿੱਡਾ ਵਧੀਆ ਬਣਾਇਆ, ਕਿੱਡਾ ਸੋਹਣਾ ਲੱਗਣ ਡਿਆ, ਸੋਈ ਧਾਗੇ ਨਾ ਬਣਾ।